ਆਇਆ ਤੁਸੀਂ ਵੇਖਣ ਦੇ ਉਸਤਾਦ ਜੀ ਇਹ ਘਰ ਹੈਗੇ ਨੇ ਕਿਸਾਨਾਂ ਦੇ ਕਿਸਾਨ ਦਾ ਘਰ ਹੈਗਾ ਕਿਸਾਨ ਦਾ ਘਰ ਪਿੰਡ ਦੇ ਵਿੱਚ ਫਿਰਦੇ ਆ ਅਸੀਂ ਐਗਰੀਕਲਚਰ ਲੈਂਡ ਹੈਗੀ ਹੁਣੇ ਤੁਹਾਨੂੰ ਦਹਾਨਾ ਪਿੱਛੇ ਇਹ ਕਿਸਾਨਾਂ ਦਾ ਘਰ ਹੈ ਤੇ ਘਰ ਦੇ ਬਾਹਰ ਕਿਸਾਨਾਂ ਦੇ ਗੱਡੀਆਂ ਖਲੋਤੀਆਂ ਸਾਫ਼ ਸੁਥਰੇ ਘਰ ਹੈਗੇ ਨੇ ਇਹ ਪਿੰਡ ਹੈਗਾ ਇਹ ਜਪਾਨ ਦਾ ਪਿੰਡ ਹੈ ਯਾਨੀ ਇੱਥੋਂ ਤੁਸੀਂ ਅੰਦਾਜ਼ਾ ਕਰੋ ਕਿ ਇਹ ਸੀਕ੍ਰੇਟ ਕੀ ਹੈਗਾ ਮਸਲ ਕਿਸਾਨਾਂ ਕੋਲ ਗੱਡੀਆਂ ਕਿਸ ਤਰ੍ਹਾਂ ਹੈਗੀਆਂ ਘਰ ਕਿੰਨੇ ਪਿਆਰੇ ਨੇ ਸੜਕ ਕਿਉਂ ਖੂਬਸੂਰਤ ਹੈ ਪਿੰਡ ਦੀ ਇਹਦੇ ਪਿੱਛੇ ਇੱਕ ਰਾਜ਼ ਦੀ ਗੱਲ ਹੈ ਆ ਤੁਹਾਨੂੰ ਮੈਂ ਰਾਜ਼ ਦਹਾਨਾ ਕਿਸ ਵਜ੍ਹਾ ਨਾਲ ਆਇਆ ਸਾਰਾ ਕੁਛ ਹੈਗਾ ਇਹਨੂੰ ਸਮਝ ਲਓਗੇ ਨਾ ਤੇ ਸਮਝ ਆ ਜਾਏਗੀ ਕਰਨਾ ਕੁਰਨਾ ਕੁਛ ਨਹੀਂ ਤੁਸੀਂ ਲੇਕਿਨ ਸਮਝ ਆ ਜਾਏਗੀ ਆਹ ਦੇਖੋ ਇਹ ਹੈਗੀ ਨਾ ਸੜਕ ਤੇ ਸੱਜੇ ਪਾਸੇ ਵੀ ਤੁਹਾਨੂੰ ਨਜ਼ਰ ਆਉਂਦੇ ਨੇ ਘਰ ਬਣੇ ਤੇ ਖੱਬੇ ਪਾਸੇ ਵੀ ਘਰ ਬਣੇ ਨੇ ਅਸਲ ਦੇ ਵਿੱਚ ਇਹਨਾਂ ਦੇ ਘਰਾਂ ਦੇ ਪਿੱਛੇ ਖੇਤ ਹੈਗੇ ਨੇ ਉਹ ਤੁਹਾਨੂੰ ਮੈਂ ਖੇਤ ਦਿਖਾਉਣਾ ਹਰ ਕਿਸਾਨ ਦਾ ਜਿਹੜਾ ਖੇਤ ਹੈ ਨਾ ਉਹ ਓਨਾ ਹੀ ਹੈਗਾ ਜਿੰਨਾ ਉਹ ਬਾਈ ਬਿਜੀ ਕਰ ਸਕਦਾ ਐਕਸਟਰਾ ਕਿਸੇ ਨੇ ਜਗ੍ਹਾ ਨੀ ਘੇਰੀ ਉਹ ਦੇਖੋ ਖੇਤ ਹੈਗੇ ਨਾ ਹਾਂ ਤੇ ਐਕਸਟਰਾ ਜ਼ਮੀਨ ਕਿਸੇ ਨੇ ਨੀ ਘੇਰੀ ਉਹ ਪਿੱਛੇ ਪਹਾੜ ਨੇ ਜਨਾਬ ਇਹ ਵੇਖੋ ਇਹ ਤੁਹਾਨੂੰ ਖੇਤ ਨਜ਼ਰ ਆਉਂਦੇ ਅੱਗੇ ਠੀਕ ਹੈ ਇੰਨੀ ਐਕਸਟਰਾ ਜ਼ਮੀਨ ਹੁੰਦੀ ਨਾ ਕਿੱਲੇ ਦੇ ਕਿੱਲੇ ਰੱਖੇ ਹੁੰਦੇ ਨੇ ਸ਼ਾਰਾ ਖੁੱਲ੍ਹਾ ਤੇ ਫਿਰ ਤੁਹਾਨੂੰ ਦਿਖਾਉਂਦਾ ਇਹ ਦੇਖੋ ਉਹ ਕੋਈ ਚੱਕਰ ਨਹੀਂ ਹੈ ਛੋਟੀ ਛੋਟੀ ਜ਼ਮੀਨ ਹੈ ਤੇ ਜਿਹੜਾ ਬੰਦਾ ਜਿਹੜੀ ਬਾਈ ਪੀ ਜੀ ਕਰਦਾ ਉਹਦੀ ਵਜ੍ਹਾ ਨਾਲ ਖੁਸ਼ਹਾਲ ਹੈ ਇਹ ਦੇਖੋ ਇਹ ਗੱਡੀਆਂ ਕਿਸਾਨਾਂ ਦੀਆਂ ਗੱਡੀਆਂ ਸਾਰਾ ਐਗਰੀਕਲਚਰ ਏਰੀਆ ਹੈ ਇਹ ਖੇਤ ਹੈਗਾ ਜੀ ਇਹ ਖੇਤ ਹੈ ਇਹ ਕਿਸਾਨ ਦਾ ਘਰ ਹੈ ਇਹ ਉਹਦਾ ਗਰਾਜ ਹੈ ਸਹੀ ਹੈ ਤੇ ਇਹ ਉਹਦੀਆਂ ਗੱਡੀਆਂ ਖਲੋਤੀਆਂ ਠੀਕ ਹੈ ਸਮਝਦੇ ਹੋ ਇਹ ਕਿਉਂ ਮੁਮਕਿਨ ਹੋਇਆ ਇਸ ਕਰਕੇ ਕਿ ਅੰਨੇ ਵਾਹ ਜਿਹੜੀ ਜ਼ਮੀਨਾਂ ਦੇ ਮੱਲ ਮਾਰ ਕੇ ਬੈਠੇ ਨਾ ਲੋਕੀ ਉਹਦੀ ਬਜਾਏ ਜ਼ਮੀਨ ਉਹਨੂੰ ਦਿੰਦੇ ਨੇ ਜਿਹੜਾ ਵਾਹੀ ਬੀਜੀ ਕਰਦਾ ਜਿਸ ਕਿਸਾਨ ਕੋ ਉਤਨੀ ਜ਼ਮੀਨ ਹੀ ਮਿਲਤੀ ਹੈ ਜਿਤਨੀ ਉਹ ਜਿਸਮੇ ਉਹ ਪੈਦਾਵਾਰ ਕਰ ਸਕਦਾ ਤੇ ਇਹ ਬਰਕਤ ਜੇ ਹੈ ਕਿ ਪਿੰਡਾਂ ਦੇ ਵਿੱਚ ਇਹੋ ਜਿਹੇ ਬਿਹਤਰੀਨ ਕਿਸਮ ਦੇ ਸਟੋਰ ਵੀ ਹੈਗੇ ਬ੍ਰਾਂਡ ਦੇ ਸਹੀ ਇਹ ਪਿੰਡ ਹੈਗੇ ਜੋ ਸਾਹ ਜੀ ਤੁਸੀਂ ਬੇਤਹਾਸ਼ਾ ਅਸੀਂ ਸਾਡੀਆਂ ਜ਼ਮੀਨਾਂ ਅੰਨੇ ਵਾਹ ਕਬਜ਼ੇ ਹੈ ਤੇ ਅੰਨੇ ਵਾਹ ਅਲਾਟਮੈਂਟਾਂ ਜਿਹਦਾ ਮੂੰਹ ਦਿਲ ਕਰਦਾ ਜਿਹਨੂੰ ਮਰਜ਼ੀ ਦੇ ਦਿੰਦਾ ਜਿਹੜਾ ਬੰਦਾ ਵਾਹੀ ਬੀਜੀ ਨਹੀਂ ਕਰ ਸਕਦਾ ਉਹਨੂੰ ਜ਼ਮੀਨ ਰੱਖਣ ਦਾ ਹੱਕ ਹੀ ਨਹੀਂ ਹੈ ਇੱਥੇ ਇਹ ਹੈ ਜੀ ਐਗਰੀਕਲਚਰ ਕਿਸਾਨ ਦੀ ਖੁਸ਼ਹਾਲੀ ਇਹਨੂੰ ਕਹਿੰਦੇ ਨੇ